ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸੁਣਾਓ? ਠੀਕ ਠਾਕ ਜੀ, ਅਸੀਂ ਵੀ ਠੀਕ ਠਾਕ। ਅਤੇ ਅੱਜ ਆਏ ਆ ਪ੍ਰਾਹੁਣੇ, ਭਾਅ ਜੀ ਵੱਡੇ, ਜੀਜਾ ਜੀ। ਅੱਜ ਚੱਲੇ ਹਾਂ ਜੀ ਅਸੀਂ ਬਟਾਲੇ, ਇੱਕ ਸਰਪ੍ਰਾਈਜ਼ ਸੀਗਾ ਅਤੇ ਬਲਜੀਤ ਦਾ ਸੀਗਾ ਡਰੀਮ, ਅੱਜ ਉਹ ਪੂਰਾ ਹੋਣ ਜਾ ਰਿਹਾ ਗੁਰੂ ਰਾਮਦਾਸ ਦੀ ਕਿਰਪਾ ਨਾਲ ਅਤੇ ਤੁਹਾਡੇ ਆਸ਼ੀਰਵਾਦ ਦੇ ਸਦਕਾ। ਅਤੇ ਇਹ ਬੜੇ ਦਿਨਾਂ ਦਾ ਵਲੋਗ ਬਣਾਉਣ ਨੂੰ ਫਿਰਦੇ ਸੀ, ਪਰ ਪਹਿਲਾਂ ਕਿਹਾ ਕਿ ਚਲੋ ਪਹਿਲਾਂ ਵਲੋਗ ਨਹੀਂ ਬਣਾਉਣਾ ਕੋਈ ਵੀ, ਕਿ ਜਿੱਦਣ ਸਰਪ੍ਰਾਈਜ਼ ਦੇਣਾ ਆ ਉੱਦਣ ਹੀ ਵਲੋਗ ਬਣਾਵਾਂਗੇ। ਅਤੇ ਬਲਜੀਤ ਹੁਣੀ ਹੁਣ ਅੰਦਰ ਹੋਣ ਗਿਆ ਤਿਆਰ, ਆ ਜਾਓ ਤੁਹਾਨੂੰ ਮਿਲਾਉਂਦੇ ਹਾਂ ਜੀ। ਲਓ ਜੀ, ਬਲਜੀਤ ਵੀ ਹੋ ਗਈ ਆ ਰੈਡੀ, ਅਤੇ ਆਹ ਸਾਡੀ ਭੈਣ ਆਈ ਨਿੱਕੀ ਜੀ। ਅੱਜ ਮੈਂ ਦੱਸਿਆ ਜੀ ਬਲਜੀਤ ਦਾ ਡਰੀਮ ਪੂਰਾ ਹੋਣ ਜਾ ਰਿਹਾ ਵਾ, ਅਤੇ ਡਰੀਮ ਬਾਰੇ ਵੀ ਦੱਸਾਂਗੇ ਕੁਝ ਸਮੇਂ ਬਾਅਦ। ਸਰਪ੍ਰਾਈਜ਼ ਵਲੌਗ ਤਾਂ ਪਹਿਲਾਂ ਬਣਾਉਣਾ ਸੀ ਪਰ ਨਹੀਂ ਬਣਾਇਆ, ਸਰਪ੍ਰਾਈਜ਼ ਸਾਰਿਆਂ ਨੂੰ ਸਰਪ੍ਰਾਈਜ਼ ਹੀ ਅੱਜ, ਅਤੇ ਬਸ ਕੁਝ ਘੰਟੇ ਆ ਫਿਰ ਦਿਖਾਉਂਦੇ ਹਾਂ ਸਾਰਿਆਂ ਨੂੰ ਸਰਪ੍ਰਾਈਜ਼। ਹਾਂ ਸਰਪ੍ਰਾਈਜ਼ ਆ ਜਾਣਾ ਵਾ, ਅਤੇ ਕਿੱਦਾਂ ਦਾ ਲੱਗਣ ਦਿਆ? ਜ਼ਿਆਦਾ ਲੰਬਾ ਸਰਪ੍ਰਾਈਜ਼ ਨਹੀਂ ਰੱਖਦੇ, ਕਿਸੇ ਵਾਸਤੇ ਵੀ ਸਸਪੈਂਸ ਨਹੀਂ ਵਧਾਉਂਦੇ ਹੈਗੇ, ਵਧੀਆ ਲੱਗਣ ਦਿਆ। ਖੁਸ਼ੀ ਹੋਣ ਦੀ ਹੈ, ਕਿਹਨੂੰ ਨਹੀਂ ਖੁਸ਼ੀ ਹੁੰਦੀ ਹੈ, ਕਿਉਂਕਿ ਤੇਰਾ ਡਰੀਮ ਹੀ। ਹਾਂ ਹਨਾ, ਤੇ ਅੱਜ ਡਰੀਮ ਪੂਰਾ ਹੋਣ ਜਾ ਰਿਹਾ ਹੈਗਾ ਹੈ, ਪਰ ਮੈਂ ਕਦੀ ਕਿਸੇ ਨੂੰ ਜ਼ਾਹਿਰ ਨਹੀਂ ਕੀਤਾ, ਸਿਰਫ ਆਪਣੇ ਘਰ ਘਰ ਹੀ ਗੱਲ ਕਰੀ ਦੀ ਸੀ। ਹਾਂ, ਤੇ ਨਾਲੇ ਮੈਂ ਕਿਸੇ ਸੁਣੀ ਇਹ ਗੱਲ, ਖਲੋਤੇ ਹੀ ਚੁੰਚਾ ਲੈ ਕੇ ਰੱਬ ਨੇ ਬਾਲਟੀ ਭਰ ਕੇ ਦੇ ਦਿੱਤੀ, ਬਹੁਤ ਉਹ ਵਾਲੀ ਗੱਲ ਮੈਨੂੰ ਬਹੁਤ ਬੜੀ ਦਿਲ ਨੂੰ ਲੱਗੀ, ਬੜੀ ਖੁਸ਼ੀ ਹੋਈ ਕਿ ਜੋ ਅਸੀਂ ਮਹਾਰਾਜ ਕੋਲ ਮੰਗਦੇ ਉਹਦੇ ਨਾਲੋਂ ਵੱਧ ਮਿਲਦਾ, ਵੱਧ ਜਿੰਨੀ ਅਸੀਂ ਆ ਸਕਦੇ ਮਹਾਰਾਜ ਉਹ ਤੋਂ ਵੱਧ ਦੇਣ ਦਿਆ ਵਾ। ਖੁਸ਼ ਰਿਹਾ ਕਰੋ, ਜੇ ਥੋੜ੍ਹਾ ਵੀ ਮਿਲਦਾ ਕੋਈ ਵੱਡੀ ਗੱਲ ਨਹੀਂ, ਕਹਿੰਦੇ ਹੁੰਦੇ ਮਨ ਦਾ ਹੋ ਜੇ ਤਾਂ ਚੰਗਾ, ਜੇ ਮਨ ਦਾ ਨਹੀਂ ਹੁੰਦਾ ਤਾਂ ਸਭ ਤੋਂ ਚੰਗਾ। ਬਸ ਜੋ ਮਹਾਰਾਜ ਨੇ ਦੇਣਾ ਦੇਣਾ ਰੱਬ ਨੇ ਉਹੀ ਆ, ਪਲੈਨ ਅਸੀਂ ਹੋਰ ਕੋ ਕਰਦੇ ਹਾਂ ਅਤੇ ਹੁੰਦਾ ਹੋਰ ਕੋ ਆ। ਅਤੇ ਆਹ ਲਓ ਜੀ, ਅੰਮ੍ਰਿਤਪਾਲ ਸਿੰਘ ਲੁਕਣ ਦਿਆ ਵਾ, ਅੱਜ ਤੁਹਾਨੂੰ ਅੰਮ੍ਰਿਤ ਨੂੰ ਵੀ ਮਿਲਾਵਾਂਗੇ, ਅੱਜ ਨਾ ਮੈਂ ਨਹੀਂ ਸਾਹਮਣੇ ਆਉਣਾ, ਅਤੇ ਇਹ ਸਾਡੇ ਭਾਬੀ ਜੀ ਦੇ ਨਾਲ, ਅਤੇ ਮੰਮੀ ਨੂੰ ਤੁਸੀਂ ਜਾਣਦੇ ਹੀ ਜੇ, ਅਤੇ ਚਲੋ ਮਿਲਦੇ ਹਾਂ ਜੀ ਅੱਗੇ। ਲਓ ਜੀ ਅਸੀਂ ਆ ਗਏ ਹਾਂ ਹੁਣ ਸਰਪ੍ਰਾਈਜ਼ ਵਾਲੀ ਜਗ੍ਹਾ 'ਤੇ, ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਹੁਣ ਅਸੀਂ ਕਿੱਥੇ ਹਾਂ। ਅਤੇ ਅੱਜ ਲੈਣਾ ਹੈ ਜੀ ਗੱਡੀ, ਅਤੇ ਅੱਜ ਤੁਹਾਨੂੰ ਵਿਖਾਲਦੇ ਹਾਂ ਕਿਹੜੀ ਆ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ। ਹਾਂਜੀ ਮੈਡਮ ਜੀ, ਇਹ ਆ ਜੀ ਅੰਮ੍ਰਿਤਪਾਲ ਸਿੰਘ ਮੇਰਾ ਬੇਟਾ, ਜਿਹੜਾ ਤੁਸੀਂ ਦੇਖੀ ਕਿੱਥੇ ਆ ਤੁਸੀਂ ਦਿਖਾਲਦੇ ਨਹੀਂ, ਇਹ ਆ ਜੀ ਅੱਜ ਇਹਨੂੰ ਕਰਾਈ ਆ ਸਕੂਲ ਤੋਂ ਛੁੱਟੀ ਕਿਉਂਕਿ ਕੱਲ੍ਹ ਦੇ ਇਹਦੇ ਹੋ ਗਏ ਪੇਪਰ ਖਤਮ। ਕਿੱਦਾਂ ਜੱਟਾ, ਕਿੱਦਾਂ ਦਾ ਮਹਿਸੂਸ ਹੋਣ ਦਿਆ ਅੱਜ? ਵਧੀਆ, ਔਰ ਠੀਕ ਆ। ਆ ਲਓ ਜੀ ਏਜੰਸੀ ਜਾ ਕੇ ਆਪਾਂ ਹੰਡਾਈ ਵਾਲਿਆਂ ਦੀ 'ਚ, ਇਹ ਲੱਗੀਆਂ ਜੀ ਗੱਡੀਆਂ ਹੀ ਗੱਡੀਆਂ ਇੱਥੇ, ਹੁਣ ਵੇਖਦੇ ਹਾਂ ਕਿਹੜੀ ਲੈਣੀ ਹੈ। ਹਾਂਜੀ ਬਲਜੀਤ ਦਾ ਮੁੰਡਾ ਨਹੀਂ ਹੁੰਦਾ ਅੱਜ ਵੇਲੇ ਸਾਹਮਣੇ ਆ ਗਿਆ, ਅੱਜ ਬਲਜੀਤ ਦਾ ਮੁੰਡਾ ਦਿਖਾਲਦਾ ਸਾਰਿਆਂ ਨੂੰ, ਨਾਲੇ ਉਹ ਪਤਾ ਕੀ ਆ ਸਭ ਤੋਂ ਵੱਡਾ ਡ੍ਰੀਮ ਉਹਦਾ ਹੀ ਸੀ। ਹਾਂ ਗੱਡੀ ਦਾ, ਤੁਹਾਡਾ ਦੋਵਾਂ ਦੇ ਮਾਂ ਪੁੱਤਾਂ ਦਾ। ਆਹੋ, ਉਹਨੇ ਕਿਹੜਾ ਮੰਮਾ ਗੱਡੀ ਕਦੋਂ ਲੈਣੀ ਆ, ਗੱਡੀ ਕਦੋਂ ਲੈਣੀ ਆ, ਚਲੋ ਉਹਦਾ ਹੁਣ ਪੂਰਾ ਹੋ ਗਿਆ। ਹਾਂ, ਜਦੋਂ ਬੱਚਿਆਂ ਦੇ ਡ੍ਰੀਮ ਪੂਰੇ ਹੁੰਦੇ ਆ ਨਾ, ਮਾਂ ਪਿਓ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ, ਅਤੇ ਹੁਣ ਉਹ ਪਹਿਲਾਂ ਸਾਹਮਣੇ ਅੱਜ ਆ ਹੀ ਆ, ਉੱਦਾਂ ਦਾ ਹੁੰਦਾ ਨਹੀਂ ਹੈ ਨਾ। ਅਤੇ ਦੱਸਿਓ ਕਮੈਂਟ ਕਰਕੇ ਬੇਟਾ ਤੁਹਾਨੂੰ ਕਿੱਦਾਂ ਦਾ ਲੱਗਾ, ਪਤਾ ਨਹੀਂ ਹੁਣ ਫੋਟੋ ਹੋਣੀ ਪਹਿਲਾਂ ਪਹਿਲਾਂ ਫੋਟੋ ਹੋਣੀ ਉੱਥੇ ਹੁਣ ਪਹਿਲਾਂ ਫੋਟੋ ਹੋਣੀ ਆ। ਹਾਂ ਚਾਬੀ ਫੜਾਉਂਦੇ ਆ, ਆਹੋ ਉਹਨਾਂ ਨੇ ਫੋਟੋ ਕਰਾਉਣੀ ਹੈ, ਲੈ ਕੇ ਕਵਰ ਪਾ ਕੇ ਥੋੜੀ ਕਰਾਉਂਦੇ ਆ, ਕਵਰ ਪਾ ਕੇ ਵੀ ਕਰਾਉਂਦੇ ਆ। ਹਾਂ ਪਾ ਕੇ ਰਮਟ ਕੇ ਕਵਰ ਬਿਲਕੁਲ ਕਿਦਾਂ, ਪਰ ਉਹਨਾਂ ਦੀ ਮਰਜ਼ੀ ਆ, ਉਹਨਾਂ ਦੀ ਮਰਜ਼ੀ ਆ, ਉਹਨਾਂ ਨੇ ਪਾਏ ਨਹੀਂ ਆ, ਮੈਨੂੰ ਜ਼ਿਆਦਾ ਅੱਜ ਜ਼ਿਆਦਾ ਵਾ ਕੰਮ ਜੋ ਰਹੇ ਫੋਨ ਗੱਡੀ ਆ ਪਾਉਣਗੇ, ਹੁਣ ਗੱਡੀ ਅੱਜ ਨਿੱਕੀ ਆ ਨਾ, ਕਿਹਦਾ ਪਾਉਣੀ ਕਿ ਨਹੀਂ ਪਾਉਣੀ ਆ ਗੱਡੀ ਆ, ਸਹੀ ਹੈ ਨਾ, ਹਾਂ ਖੁੱਲੂਗਾ, ਖੁੱਲ ਜਾ ਸੰਸੀ ਮੋੜੀ ਗੱਡੀ। ਹਾਂ
ਨਹੀਂ ਨਹੀਂ ਫੁੱਲ ਲਾਤੇ ਇਹਨਾਂ ਨੇ ਲਾਤੇ ਹਾਂ ਹਾਂ ਸਾਰੇ ਇੰਨੇ ਜਣੇ ਆਪਾਂ ਗੱਡੀ ਲੈਣ ਆਏ ਆ ਉਹ ਹੋਰ ਹੁਣ ਘਰ ਦੇ ਜੀਆਂ ਨੇ ਨਾਲ ਆਉਣਾ ਸੀ ਨਿੱਕੀ ਜੀ ਗੱਡੀ ਚਲੋ ਇਦਾਂ ਹੀ ਆ ਖੁਸ਼ੀ ਹੁੰਦੀ ਹੈ ਨਾ ਸਾਰਿਆਂ ਨੂੰ ਚੀਜ਼ ਵੱਡੀ ਹੋਏ ਛੋਟੀ ਜਦੋਂ ਆਪਾਂ ਪਹਿਲੀ ਵਾਰ ਮੋਟਰਸਾਈਕਲ ਲਿਆ ਸੀ ਓਹ ਉਹ ਗੱਡੀ ਨੂੰ ਜ਼ਿਆਦਾ ਚਾਹ ਸੀ ਮੈਨੂੰ ਆਹੋ ਆਉਣੇ ਜੀ ਗੁਰੂ ਘਰ ਪਹਿਲਾਂ ਮੱਥਾ ਟੇਕ ਲਿਆ ਅਤੇ ਪ੍ਰਸ਼ਾਦ ਵੰਡ ਕੇ ਅਤੇ ਹੁਣ ਬਾਹਰ ਚੱਲ ਰਹੀ ਹੈ ਇੱਥੇ ਸੇਵਾ ਲੰਗਰ ਹਾਲ ਦੀ ਅਤੇ ਹੁਣ ਇੱਥੇ ਚਾਹ ਪਾਣੀ ਬਾਬਿਆਂ ਤਿਆਰ ਕੀਤਾ ਸੀ ਚਾਹ ਪਾਣੀ ਛਕ ਲਿਆ ਵਾ ਅਤੇ ਹੁਣ ਘਰ ਜਾਵਾਂਗੇ ਅਤੇ ਘਰ ਜਾ ਕੇ ਫਿਰ ਬਾਕੀ ਵਲੋਗ ਬਣਾਉਂਦੇ ਹਾਂ ਜੀ ਲਓ ਜੀ ਹੁਣ ਆ ਗਏ ਆਪਾਂ ਘਰ ਅਤੇ ਹੁਣ ਬਲਜੀਤ ਕੋਲ ਲੱਗੀ ਹੈ ਤੇਲ ਚੋਣ ਇੱਧਰ ਆ ਜੀ ਸਨੀ ਸਨੀ ਟੀਵੀ ਇਹਦੇ ਵਾਰ ਬੰਦ ਕਰ ਛੱਡਿਆ ਕੰਮ ਹੁਣ ਖਾ ਖਾ ਮੈਂ ਨੀ ਖਾਣੀ ਖਾ ਤੂੰ ਤੁਹਾਨੂੰ ਵਧਾਈਆਂ ਜੀ ਕਾਲਾ ਪੈ ਗਈ ਬਰਫੀ ਖਾਓ ਦਵਾ ਦਵਾ ਉਹ ਜੁੱਠੀਆਂ ਕਰ ਕਰ ਦਿੰਦੇ ਵਾ ਅਮਰ ਤੰਦਰ ਉਹ ਤੁਹਾਨੂੰ ਪਤਾ ਹੀ ਉਹਦਾ ਅੱਗੇ ਮਲ ਖੜਿਆ ਉਹਨੂੰ ਉਹਦੇ
ਆਖ ਦੇ ਹਲੋ चाह पी लो पहला मैं नहीं पीनी मैं पीती है चलो चलो आहो हुणे आए जी मैं तो सोनी गया ही छोटा भी चाची चाचा गया ही ना बबली सोनी चल गए सरप्राइज शिवराज ने दस पहले दिन सरप्राइज से राजवीर ने दसिया होर किसी ने नहीं दसिया जी पर तो झूठ बोलिया ही सरप्राइज ही मेरा शिवराज जी ने नु पता ही राजू ने कल ही दसया ही मैं ठीक है ठीक है मैं राजू ने करेटा बुक करी बहुत बढ़िया तेरी गड्डी आ ते महाराज तेरे कर्मा च करे ते तेनु सोखण होनी होवे धन्यवाद बहुत ज्यादा बहुत बढ़िया